ਹਾਂਜੀ ਜੀ ਐਨੂ ਜੀ ਸਤਿ ਸ੍ਰੀ ਅਕਾਲ ਜੀ ਬੇਰੁਜ਼ਗਾਰ ਸਾਥੀਆਂ ਦੇ ਲਈ ਇੱਕ ਖਬਰ ਸਾਡੇ ਕੋਲ ਪਹੁੰਚੀ ਹੈ ਇਹਦਾ ਚੰਗਾ ਜਾਂ ਮਾੜਾ ਪੱਖ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਪਰ ਜਿਸ ਤਰੀਕੇ ਦੇ ਹਾਲਾਤ ਨੇ ਬੇਰੁਜ਼ਗਾਰੀ ਇਹਨੂੰ ਦੇਖਦੇ ਹੋਏ ਚੁਣੌਤੀਆਂ ਦਿਨ-ਬਦਨ ਵੱਧ ਰਹੀਆਂ ਨੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਸਾਡਾ ਕਹਿ ਸਕਦੇ ਹਾਂ ਜ਼ਿੰਮੇਵਾਰ ਸਾਡੀ ਸਰਕਾਰ ਦੇ ਨੁਮਾਇੰਦੇ ਨੇ ਉਹ ਵੀ ਇਸ ਪੱਧਰ ਤੇ ਸੋਚ ਰਹੇ ਨੇ ਜੋ ਖਬਰ ਸਾਹਮਣੇ ਆਈ ਹੈ ਉਹਦੇ ਵਿੱਚ ਅੰਜੇ ਦੇਖਿਆ ਜਾਵੇ ਤਾਂ ਵੀਰ ਜੁਗਾਰੀ ਨੂੰ ਅਸੀਂ ਬਿਸਬੱਦਰ ਤੇ ਵੀ ਦੇਖਦੇ ਆ ਪਰ ਪੰਜਾਬ ਬੱਦਰ ਤੇ ਤਾਂ ਬਹੁਤ ਵੱਡਾ ਮੁੱਦਾ ਸਾਡੇ ਸਮੇਂ ਬਣਿਆ ਹੋਇਆ ਵੀਰ ਜੁਗਾਰ ਸਾਥੀਆਂ ਦਾ ਕੀ ਹਾਲ ਹੋ ਰਿਹਾ ਉਹ ਤੁਸੀਂ ਖਬਰਾਂ ਦੇ ਵਿੱਚ ਦੇਖ ਹੀ ਰਹੇ ਹੋਮੋਗੇ ਪਰ ਨਾਲ ਹੀ ਇੱਥੇ ਸਾਡੇ ਕੋਲੇ ਅਦੀਨ ਸੇਵਾਵਾਂ ਚੋਨ ਬੋਰਡ ਪੰਜਾਬ ਦੇ ਜਿਹੜੇ ਚੇਅਰਮੈਨ ਨੇ ਸ਼੍ਰੀ ਰਮਨ ਵਹਿਲ ਨੇ ਇੱਕ ਗੱਲ ਕਹੀ ਆ ਤੇ ਉਹ ਗੱਲ ਧਿਆਨ ਮੰਗਦੀ ਆ ਉਹ ਧਿਆਨੇ ਮੰਗਦੀ ਆ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਇੱਕੋ ਯਹੀ ਯੋਗਤਾ ਰੱਖਣ ਵਾਲੀ ਇੱਕੋ ਬਰਾਬਰ ਦੀ ਯੋਗਤਾ ਰੱਖਣ ਵਾਲੀਆਂ ਜਿੰਨੀਆਂ ਵੀ ਭਾਰਤੀਆਂ ਹੁਣ ਆਉਣਗੀਆਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀਆਂ ਵੀ ਹੋਰ ਆਉਣਗੀਆਂ ਤੇ ਇੱਕੋ ਬਰਾਬਰ ਦੀ ਯੋਗਤਾ ਰੱਖਣ ਵਾਲੀਆਂ ਜਿਹੜੀਆਂ ਭਾਰਤੀਆਂ ਹੋਣਗੀਆਂ ਉਹਨਾਂ ਸਾਰਿਆਂ ਦਾ ਇੱਕੋ ਸਾਂਝਾ ਟੈਸਟ ਲਿਆ ਜਾਵੇਗਾ ਇੱਕੋ ਸਾਂਝੀ ਪ੍ਰੀਖਿਆ ਲਈ ਜਾਵੇਗੀ ਉਹਨਾਂ ਵੱਲੋਂ ਇਹ ਗੱਲ ਕਹੀ ਜਾਣੀ ਤੇ ਭਾਰਤੀਆਂ ਦੇ ਆਉਣ ਦੀ ਇੱਕ ਉਮੀਦ ਦੇ ਨਾਲ-ਨਾਲ ਤੇ ਹੁਣ ਇੱਕ ਚੰਗਾ ਜਾਂ ਮਾੜਾ ਪੱਖੀ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਤੁਹਾਨੂੰ ਦਿਖਾ ਵੀ ਦੇਵਾਂਗੇ ਤੁਹਾਡੇ ਤੱਕ ਜਾਣਕਾਰੀ ਪਹੁੰਚ ਵੀ ਗਈ ਹੋਵੇਗੀ ਹੋਰ ਕੋਈ ਆਪਣੇ ਕੋਲੇ ਅਪਡੇਟ ਆਉਂਦਾ ਤਾਂ ਆਪਾਂ ਲੈ ਕੇ ਆਵਾਂਗੇ ਚਲੋ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ